सवारी तो आ रहा आटो वाला गड्डी पिछों इन्नी स्पीड में आई वो कोई पता नहीं शराब पी लिया कुछ किया ड्रिंक की कुछ होया उन्हें आने सैड मारी आटो पलट गया अं भज गए चक्कन लगे गड्डी इतों निकल के गोलियां उतने चल गई। जस्ट आ मेरी आ चौंक तो लैके इतों तक किन्नी स्पीड हो सकती है जी तुम आप गैस करते सियाने बयाने बंदे मैं कोई कोई ये तो है नहीं कोई नशा पता किया जां कोई शराब पीती आ। तीन बच्चे आ वो सिर पाटा पिया जी ड्राइवर का जे वो माड़ी जी वजन करके मैं अपनी गड्डी का विचार रखना कि होर ना वजे मैं तल करके थले लाती है जी। लुधियाना के शेरपुर चौंक नेड़े मिलटरी कैंप के कोल ऑटो और कार की भयानक टक्कर हो गई। इस टक्कर दौरान तीन लोग गंभीर रूप में जख्मी हो गए। जख्मियों को जेरे इलाज लिए हस्पताल भेजा गया। दूजे पास पुलिस इस मामले की जांच में जुट गई है। दस दिए कि इस हादसे दौरान ऑटो पलट गया और कार टोए में जा डिगी। ਬਲਵੀਰ ਸਿੰਘ ਜੀ ਭਾਜੀ ਕੁਛ ਨਹੀਂ ਹੋਇਆ ਸਵਾਰੀ ਤਾਂ ਆ ਰਿਹਾ ਸੀ ਆਟੋ ਵਾਲਾ ਗੱਡੀ ਪਿੱਛੋਂ ਇੰਨੀ ਸਪੀਡ ਵਿੱਚ ਆਈ ਉਹ ਕੋਈ ਪਤਾ ਨਹੀਂ ਸ਼ਰਾਬ ਪੀ ਲਈ ਕੁਛ ਕੀਤਾ ਡਰਿੰਕ ਕੀਤੀ ਕੁਛ ਹੋਇਆ ਉਹਨੇ ਆਣ ਕੇ ਸਾਈਡ ਮਾਰੀ ਆਟੋ ਪਲਟ ਗਿਆ ਅਸੀਂ ਭੱਜ ਗਏ ਚੱਕਣ ਲੱਗੇ ਗੱਡੀ ਇੱਥੋਂ ਨਿਕਲ ਕੇ ਗੋਲੀਆਂ ਉੱਥੇ ਚੱਲ ਗਈ ਭਾਈ ਇੰਨਾ ਕੁਛ ਨਜ਼ਰ ਆਇਆ ਹੋਰ ਕੁਛ ਨਜ਼ਰ ਨਹੀਂ ਆਇਆ ਅਤੇ ਗਲਤੀ ਕੀਤੀ ਹੈ ਗਲਤੀ ਕਾਰ ਵਾਲੇ ਦੀ ਹੈ ਜੀ ਹੁਣ ਇਹ ਨਹੀਂ ਪਤਾ ਡਰਿੰਕ ਕੀਤੀ ਹੈ ਕਿ ਨਹੀਂ ਕੀਤੀ ਸਾਨੂੰ ਨਹੀਂ ਪਤਾ ਕਿੰਨੀਆਂ ਕੁ ਸਵਾਰੀਆਂ ਸੀ ਆਟੋ ਸਵਾਰੀਆਂ 6 ਸੀ ਇਹਦੇ ਵਿੱਚ ਜੀ ਤਿੰਨ ਬੱਚੇ ਆ ਉਹ ਸਿਰ ਪਾਟਾ ਪਿਆ ਜੀ ਡਰਾਈਵਰ ਦਾ ਬਚਾ ਜਾਨੀ ਬਚਾਉਣ ਕਿੱਥੋਂ ਮੈਂ ਸਰ ਇੱਧਰੋਂ ਆ ਰਿਹਾ ਜੀ ਅੰਮ੍ਰਿਤਸਰੋਂ ਆਇਆ ਜੀ ਮੈਂ ਇੱਥੇ ਕੰਮ ਆਇਆ ਚੌਂਕ ਤੋਂ ਮੈਂ ਇੱਥੋਂ ਤੱਕ ਆਇਆ ਜਸਟ ਆ ਮੇਰੀ ਆ ਚੌਂਕ ਤੋਂ ਲੈ ਕੇ ਇੱਥੋਂ ਤੱਕ ਕਿੰਨੀ ਕੁ ਸਪੀਡ ਹੋ ਸਕਦੀ ਹੈ ਜੀ ਤੁਸੀਂ ਆਪ ਗੈਸ ਕਰਦੇ ਸਿਆਣੇ ਬਿਆਣੇ ਬੰਦੇ ਮੈਂ ਕੋਈ ਕੋਈ ਇਹ ਤਾਂ ਹੈ ਨਹੀਂ ਕੋਈ ਨਸ਼ਾ ਪਤਾ ਕੀਤਾ ਜਾਂ ਕੋਈ ਸ਼ਰਾਬ ਪੀਤੀ ਆ ਤੁਸੀਂ ਮੇਰਾ ਚੈੱਕ ਕਰਾ ਸਕਦੇ ਜੀ ਆਪਾਂ ਜੌਬ ਹੋਲਡਰ ਬੰਦੇ ਆ ਜੀ ਮੈਂ ਉੱਥੋਂ ਸਿਰਫ ਆ ਰਿਹਾ ਜੀ ਆ ਕੰਟਰੋਲ ਕਰਕੇ ਜੀ ਹੁਣ ਮੈਂ ਕਿਸੇ ਦੇ ਵਿੱਚ ਤਾਂ ਮਾਰ ਨੋ ਰਿਹਾ ਜੇ ਉਹ ਮਾੜੀ ਜੀ ਵੱਜਣ ਕਰਕੇ ਮੈਂ ਆਪਣੀ ਗੱਡੀ ਦਾ ਵਿਚਾਰ ਰੱਖਣਾ ਕਿ ਹੋਰ ਦੇ ਵਿੱਚ ਨਾ ਵੱਜੇ ਮੈਂ ਤਲ ਕਰਕੇ ਥੱਲੇ ਨੂੰ ਲਾਤੀ ਆ ਜੀ ਸਰ ਮੈਂ ਆਟੋ ਪਲਟ ਗਿਆ ਹੈ ਪਲਟਿਆ ਉਹਦਾ ਜੇ ਉਹ ਮੰਨ ਲਓ ਉਹਨਾਂ ਨੇ ਸੱਟਾ ਸੱਟ ਲੱਗ ਗਈ ਆ ਮੈਂ ਉਹਦਾ ਫਿਰ ਵੀ ਕਹਿੰਦਾ ਮੈਂ ਦਵਾਈ ਦਵਾਉਣ ਨੂੰ ਤਿਆਰ ਹਾਂ ਜੀ ਮੈਂ ਭੱਜਦਾ ਦਵਾਈ ਉਹ ਸਵਾਰੀ ਹੈ ਜੀ ਇਹਨਾਂ ਦੀ ਗੱਲ ਬਿਊਰੋ ਰਿਪੋਰਟ ਸਫਰ ਟੀਵੀ।